ਹੋਲਸੇਲ ਸਾਈਕਲ ਡੀਲਰ ਐਸੋਸੀਏਸ਼ਨ ਦੀ 46ਵੀਂ ਸਾਲਾਨਾ ਜਨਰਲ ਮੀਟਿੰਗ ਵਿੱਚ ਸਨਅਤਕਾਰਾਂ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮੋਦੀ ਨੇ ਪੰਜਾਬ ਦੇ ਉਦਯੋਗ ਅਤੇ ਵਪਾਰ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਕੇਂਦਰ ਵਿੱਚ UPI ਦੀ ਸਰਕਾਰ ਬਣਨ ਤੇ GST ਨੂੰ ਖਤਮ ਕੀਤਾ ਜਾਵੇਗਾ। ਸਾਈਕਲ ਕਾਰੋਬਾਰੀਆਂ ਦੀ ਪਾਰਕਿੰਗ ਅਤੇ ਐਸੋਸੀਏਸ਼ਨ ਦੇ ਦਫ਼ਤਰ ਦੀ ਜਗ੍ਹਾ ਸੰਬੰਧੀ ਕਿਹਾ ਕਿ ਚੋਣਾਂ ਮਗਰੋਂ ਮਿਲਰਗੰਜ ਅਤੇ ਗਿੱਲ ਰੋਡ ਉੱਪਰ ਜਲਦੀ ਹੀ ਨਗਰ ਨਿਗਮ ਨਾਲ ਮਿਲ ਕੇ ਪਾਰਕਿੰਗ ਸਥਾਨ ਬਣਾਏ ਜਾਣਗੇ ਤਾਂ ਕਿ ਕਾਰੋਬਾਰੀਆਂ ਦੀ ਸਮੱਸਿਆ ਹੱਲ ਹੋ ਸਕੇ। ਮੀਟਿੰਗ ਨੂੰ ਸੰਬੋਧਨ ਕਰਦੇ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਕਾਲੀ ਭਾਜਪਾ ਨੇ 10 ਸਾਲ ਸੱਤਾ ਵਿੱਚ ਰਹਿੰਦਿਆਂ ਕਾਰੋਬਾਰ ਲਈ ਸਹੂਲਤਾਂ ਵਾਸਤੇ ਕੋਈ ਵੀ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਹਲਵਾਰਾ ਵਿੱਚ ਏਅਰਪੋਰਟ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗ ਨਾਲ 6 ਮਹੀਨੇ ਦੀ ਭੱਜ ਦੌੜ ਮਗਰੋਂ ਪ੍ਰੋਜੈਕਟ ਤਿਆਰ ਕੀਤਾ ਗਿਆ, ਜਿਸ ਦੇ ਲਈ 300 ਏਕੜ ਜ਼ਮੀਨ ਵੀ ਇਕਵਾਇਰ ਕੀਤੀ ਜਾ ਚੁੱਕੀ ਹੈ। ਟੈਂਡਰ ਹੋਣ ਤੋਂ ਬਾਅਦ ਕੰਮ ਸ਼ੁਰੂ ਹੋ ਗਿਆ ਅਤੇ ਆਉਣ ਵਾਲੇ 2 ਸਾਲਾਂ ਵਿੱਚ ਏਅਰਪੋਰਟ ਬਣ ਕੇ ਤਿਆਰ ਹੋ ਜਾਏਗਾ। ਹਲਕਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਸਿਆਸੀ ਹਮਲਿਆਂ ਨਾਲ ਮੋਦੀ ਅਤੇ ਅਕਾਲੀਆਂ ਦੀ ਸਿਆਸੀ ਤਰੀਕੇ ਨਾਲ ਮੰਜੀ ਠੋਕੀ। ਉੱਥੇ ਉਹਨਾਂ ਕਿਹਾ ਕਿ ਇੱਕ ਹੋਰ ਵਿਰੋਧੀ ਵੱਡੇ ਇਮਾਨਦਾਰ ਪੁਰਸ਼ ਦਿਨਾਂ 'ਚ ਰੋੜਾ ਤੇ ਕਰੋੜਾ ਕਿਵੇਂ ਹੋਏ, ਅਜਿਹੇ ਡਰਾਮਿਆਂ ਨੂੰ ਕੋਲ ਚੰਗੀ ਤਰ੍ਹਾਂ ਜਾਣਦੇ ਹਨ। ਬਿੱਟੂ ਨੇ ਜਗਰਾਓਂ ਦੇ ਅਨੇਕਾਂ ਇਲਾਕਿਆਂ ਅਤੇ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਲੁਧਿਆਣਾ ਇੰਡਸਟਰੀ ਨੂੰ ਵੱਡੀਆਂ ਹਦਾਇਤਾਂ ਤੇ ਸਰਕਾਰ ਆਉਣ ਤੇ GST ਖਤਮ ਕਰਨ ਦੀ ਗੱਲ ਆਖੀ। ਲੁਧਿਆਣਾ ਤੋਂ ਅਵਤਾਰ ਨੰਦਪੁਰੀ ਦੇ ਨਾਲ ਦਿਵਿਆ ਦੀ ਰਿਪੋਰਟ, ਪੰਜਾਬੀ ਟੱਚ TV।